ਜਿਵੇਂ ਜਿਵੇਂ ਪੰਜਾਬ ਦੇ ਵਿੱਚ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਤਾਂ ਉਵੇਂ ਹੀ ਉਮੀਦਵਾਰਾਂ ਦਾ ਪ੍ਰਚਾਰ ਵੀ ਜ਼ੋਰ ਫੜ ਰਿਹਾ। ਅਜਿਹੇ ਦੇ ਵਿੱਚ ਨਿਊਜ਼ 18 ਦੀ ਟੀਮ ਦਾ ਸਪੈਸ਼ਲ ਚੋਣ ਨੇਤਾ ਜੀ 24/7 ਕੈਂਪੇਨ ਟ੍ਰੇਲ ਉਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ ਕਿ ਕਿਵੇਂ ਇੱਕ ਉਮੀਦਵਾਰ ਜਿੱਤ ਹਾਸਲ ਕਰਨ ਦੇ ਲਈ ਫੀਲਡ ਦੇ ਵਿੱਚ ਡਟਿਆ ਹੋਇਆ ਤੇ ਕਿਸ ਤਰ੍ਹਾਂ ਦੇ ਨਾਲ ਆਪਣੇ ਹੱਕ ਦੇ ਵਿੱਚ ਜਨਤਾ ਨੂੰ ਜਿਤਾਉਣ ਦੇ ਲਈ ਚੋਣ ਪ੍ਰਚਾਰ ਕਰ ਰਿਹਾ। ਇਸੇ ਕੜੀ ਦੇ ਵਿੱਚ ਸਾਡੇ ਰਿਪੋਰਟਰ ਪੰਕਜ ਗਰਪਾਹੀ ਆਪਣੇ ਸਹਿਯੋਗੀ ਜਤਿੰਦਰ ਸਿੱਧੂ ਦੇ ਨਾਲ ਸੰਗਰੂਰ ਪਹੁੰਚੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਮਾਨ ਦਾ ਕੈਂਪੇਨ ਦਿਖਾਉਣ ਦੇ ਲਈ ਨਿਕਲ ਪਏ। ਸਿਮਰਨਜੀਤ ਸਿੰਘ ਮਾਨ ਸਾਲ 2022 ਜ਼ਿਮਨੀ ਚੋਣ ਦੇ ਵਿੱਚ ਸੰਗਰੂਰ ਤੋਂ ਸਾਂਸਦ ਬਣੇ ਸਨ। ਇਸ ਤੋਂ ਪਹਿਲਾਂ ਵੀ ਸਿਮਰਨਜੀਤ ਸਿੰਘ ਮਾਨ ਦੋ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਨੇ। ਇਸ ਵਾਰ ਉਹ ਪ੍ਰਚਾਰ ਦੇ ਵਿੱਚ ਕਿੰਨੀ ਮਿਹਨਤ ਕਰ ਰਹੇ ਨੇ ਤੇ ਕੀ ਉਹਨਾਂ ਦਾ ਡੇਲੀ ਰੁਟੀਨ ਹੈ ਇਹ ਜਾਣਨ ਦੇ ਲਈ ਨਿਊਜ਼ 18 ਦੀ ਟੀਮ ਮਲੇਰਕੋਟਲਾ ਪਹੁੰਚੀ ਜਿੱਥੇ ਉਹ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਨੇ। ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਅੱਜ ਸਾਰਾ ਦਿਨ ਰਵਾਂਗੇ। ਥੋੜ੍ਹਾ ਜਿਹਾ ਲੇਟ ਚੰਡੀਗੜ੍ਹੋਂ ਹੋ ਗਏ ਸੀਗੇ ਤਾਂ ਹੁਣ ਤੋਂ ਹੀ ਪ੍ਰਚਾਰ ਜਿਹੜਾ ਵਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਚੱਲ ਰਿਹਾ ਵਾ ਮਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਔਰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਸਿਮਰਨਜੀਤ ਸਿੰਘ ਮਾਨ ਜਾ ਰਹੇ ਨੇ। ਫਿਲਹਾਲ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਕ ਪਿੰਡ ਦੇ ਵਿੱਚ ਜਲਸਾ ਜਿਹੜਾ ਉਹ ਲੱਗਾ ਹੋਇਆ, ਉੱਥੇ ਪ੍ਰਚਾਰ ਜਿਹੜਾ ਵਾ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ। ਤੜਕੇ ਹੀ ਘਰੋਂ ਵੱਖੋ ਵੱਖ ਪਿੰਡਾਂ 'ਚ ਜਾ ਰਹੇ ਨੇ ਕਿਉਂਕਿ ਹੁਣ ਪੂਰੀ ਤਰੀਕੇ ਨਾਲ ਚੋਣ ਅਖਾੜਾ ਜਿਹੜਾ ਪੱਕ ਚੁੱਕਿਆ ਵਾ ਔਰ ਸਿਖਰ ਦੇ ਉੱਤੇ ਚੋਣ ਪ੍ਰਚਾਰ ਹੈ। ਦੇਖਾਂਗੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਪ੍ਰਚਾਰ ਦਾ ਸਟਾਈਲ ਕੀ ਰਹਿੰਦਾ ਵਾ ਔਰ ਕਿਸ ਤਰੀਕੇ ਦੇ ਨਾਲ ਲੋਕ ਇੱਕ ਵਾਰ ਫਿਰ ਉਹਨਾਂ ਨੂੰ ਜਿਤਾ ਪਾਉਣਗੇ। ਆਓ ਚੱਲਦੇ ਹਾਂ ਪਿੰਡ 'ਚ। ਸਿਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਿਸ ਨੂੰ ਸੁਣਦੇ ਲਈ ਪਿੰਡ ਦੇ ਬਜ਼ੁਰਗ, ਨੌਜਵਾਨ ਤੇ ਮਹਿਲਾਵਾਂ ਤੱਕ ਪਹੁੰਚੀਆਂ ਹੋਈਆਂ ਸਨ। ਇਤਬਾਰ ਨਹੀਂ ਰੱਖਿਆ ਜਾ ਸਕਦਾ, ਇਹ ਫਿਰ ਕੁਛ ਵੀ ਕਰ ਸਕਦੇ ਆ, ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ। ਸੋ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਕਿ ਆਪਾਂ ਤਕੜੇ ਰਹੀਏ। ਉੱਧਰ ਪਿੰਡ ਦੇ ਵਿੱਚ ਘਰਾਂ ਦੀਆਂ ਕੰਧਾਂ ਤੇ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਦੇ ਲਗਾਏ ਗਏ ਪੋਸਟਰ ਵੀ ਨਜ਼ਰ ਆਏ। ਪ੍ਰਚਾਰ ਦੇ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਹੁੰਦੀ ਹੈ। ਕਾਂਗਰਸ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ, ਮਲਕਾਰਜਨ ਖੜਗੇ, ਪ੍ਰਤਾਪ ਬਾਜਵਾ ਵਰਗੇ ਚਿਹਰੇ ਹੁੰਦੇ ਨੇ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੈਦਾਨ 'ਚ ਉਤਾਰਿਆ ਜਾਂਦਾ। ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਵਰਗੇ ਚਿਹਰੇ ਸਟਾਰ ਪ੍ਰਚਾਰਕ ਦੀ ਸੂਚੀ ਦੇ ਵਿੱਚ ਹੁੰਦੇ ਨੇ। ਲੇਕਿਨ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਜਿਹੜੇ ਪੋਸਟਰ ਨੇ ਉਹ ਦੇਖਿਆ ਜਾਵੇ ਤਾਂ ਉੱਥੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਜ਼ਰ ਆਏਗੀ। ਜਰਨੈਲ ਸਿੰਘ ਭਿੰਡਰਾਂਵਾਲੇ, ਉਹਨਾਂ ਦੀ ਤਸਵੀਰ ਤੁਹਾਨੂੰ ਨਜ਼ਰ ਆਉਂਦੀ ਹੈ, ਇਹ ਇਹਨਾਂ ਦੇ ਸਟਾਰ ਪ੍ਰਚਾਰਕ ਦੇ ਤੌਰ 'ਤੇ ਨੇ। ਇਸ ਤੋਂ ਇਲਾਵਾ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤਪਾਲ, ਇਹ ਚਾਰ ਤਸਵੀਰਾਂ ਹਰੇਕ ਪੋਸਟਰ ਦੇ ਉੱਤੇ ਤੁਹਾਨੂੰ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਜ਼ਰ ਆਉਣਗੀਆਂ। ਅੰਮ੍ਰਿਤਪਾਲ ਤਸਵੀਰ 'ਚ ਨੇ, ਦੀਪ ਸਿੱਧੂ ਤਸਵੀਰ ਦੇ ਵਿੱਚ ਨੇ, ਸਿੱਧੂ ਮੂਸੇਵਾਲਾ ਤਸਵੀਰ 'ਚ ਨੇ ਔਰ ਜਰਨੈਲ ਸਿੰਘ ਭਿੰਡਰਾਂਵਾਲੇ। ਤਾਂ ਇਹ ਸਟਾਰ ਪ੍ਰਚਾਰਕ ਦੇ ਤੌਰ 'ਤੇ ਸਿਮਰਨਜੀਤ ਸਿੰਘ ਮਾਨ, ਆਪਣੇ ਤੋਂ ਇਲਾਵਾ ਬਾਕੀ ਜਿਹੜੇ ਚਿਹਰਿਆਂ ਨੂੰ ਤਵੱਜੋ ਦੇ ਰਹੇ ਨੇ, ਮੈਦਾਨ 'ਚ ਉਤਾਰ ਰਹੇ ਨੇ, ਉਹ ਇਹ ਤਸਵੀਰਾਂ ਜਿਹੜੀਆਂ ਨੇ ਰੰਗ 'ਚ ਨਜ਼ਰ ਆ ਰਹੀਆਂ ਨੇ। ਪ੍ਰਚਾਰ ਦੌਰਾਨ ਸਾਡੇ ਰਿਪੋਰਟਰ ਨੇ ਨੇਤਾ ਜੀ ਨਾਲ ਗੱਲਬਾਤ ਕੀਤੀ ਜਿਸ 'ਤੇ ਕਾਂਗਰਸ ਉਮੀਦਵਾਰ ਨੂੰ ਲੈ ਕੇ ਸਵਾਲ ਪੁੱਛਣ 'ਤੇ ਨੇਤਾ ਜੀ ਨੇ ਉਹਨਾਂ ਨੂੰ ਅਸਿੱਧੇ ਤੌਰ 'ਤੇ ਨਕਲੀ ਦੱਸ ਦਿੱਤਾ। ਜਲਸੇ ਲਗਾਤਾਰ ਚੱਲ ਰਹੇ ਹੈ
ਇੱਕ ਬੜਾ ਅਹਿਮ ਹੈ, ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ, ਭਲਾਤੋ ਇੱਥੇ ਆਏ ਨੇ, ਕਹਿੰਦੇ ਤੁਹਾਡੀ ਪੰਥਕ ਵੋਟ ਅਤੇ ਖਹਿਰਾ ਹੋਰਾਂ ਦੀ ਪੰਥਕ ਵੋਟ ਸੇਮ ਹੈ, ਉਹ ਡਿਵਾਈਡ ਹੋ ਸਕਦੀ ਹੈ, ਤੁਹਾਨੂੰ ਇਸਦਾ ਨੁਕਸਾਨ ਹੋ ਸਕਦਾ, ਜਿਹੜਾ ਪਿਛਲੀ ਵਾਰ ਤੁਸੀਂ MP ਬਣੇ ਸੀਗੇ, ਇਸ ਚੀਜ਼ ਦਾ ਤੁਹਾਨੂੰ ਰਿਸਕ ਲੱਗਦਾ? ਭਾਈ ਸਾਹਿਬ, ਤੁਸੀਂ ਮਖੌਲੀ ਆਦਮੀ ਲੱਗਦੇ ਹੋ ਮੈਨੂੰ, ਕਦੇ ਪੰਥ ਦੀ ਵੋਟ ਟੁੱਟ ਸਕਦੀ ਹੈ ਕਾਂਗਰਸ ਦੇ ਹੱਕ 'ਚ? ਨਹੀਂ, ਇਹ ਮਖੌਲ ਨਾ ਕਰਿਆ ਕਰੋ, ਮੈਂ ਸਿੱਧਾ ਸਾਧਾ ਤਾਂ ਹੈਗਾ, ਪਰ ਥੋੜੀ ਜਿਹੀ ਤਾਂ ਮੈਂ ਸੁਖਪਾਲ ਖਹਿਰਾ ਦਾ ਜਿਹੜਾ ਸਟਾਈਲ ਹੈ, ਜੋ ਜਿਸ ਤਰੀਕੇ ਨਾਲ ਤੁਹਾਡਾ ਪ੍ਰਚਾਰ ਹੈ, ਉਹੀ ਵੋਟ ਬੈਂਕ, ਕੋਰ ਵੋਟ ਬੈਂਕ ਜਿਹੜੀ ਤੁਹਾਡੀ ਹੈ, ਉਹੀ ਨਜ਼ਰ ਸੁਖਪਾਲ ਖਹਿਰਾ ਦੀ ਵੀ ਉਸ ਵੋਟ ਬੈਂਕ ਦੇ ਉੱਤੇ ਹੈ? ਦੇਖੋ, ਜਿਹੜੀ ਡਾਲਰ ਜਾਂ ਇੰਡੀਆ ਦੇ ਰੁਪਈਏ ਦੀ ਨਕਲ ਕਰੂਗਾ ਉਹ ਤਾਂ ਫੜਿਆ ਹੀ ਜਾਊਗਾ, ਫਿਰ ਨਕਲੀ ਬੰਦਾ ਚੱਲ ਨਹੀਂ ਸਕਦਾ ਹੈਗਾ। ਖਹਿਰਾ ਨਕਲੀ ਬੰਦੇ ਨੇ? ਮੈਂ ਨਹੀਂ ਕੁਛ ਕਹਿੰਦਾ, ਮੈਂ ਤੁਹਾਨੂੰ ਸਮਝਾਇਆ। ਮਖੌਲ ਕੌਣ ਕਰ ਰਿਹਾ ਹੁਣ ਮਖੌਲ ਕੌਣ ਕਰ ਰਿਹਾ? ਨਹੀਂ, ਮੈਂ ਤੁਹਾਨੂੰ ਦੱਸਦਾ, ਨਕਲ ਨਹੀਂ ਚੱਲਦੀ ਹੁੰਦੀ। ਸਿਮਰਜੀਤ ਸਿੰਘ ਮਾਨ ਨੂੰ ਸੁਣਨ ਆਏ ਲੋਕਾਂ ਦੇ ਲਈ ਲੱਡੂਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਭਾਸ਼ਣ ਦੇ ਬਾਅਦ ਪਿੰਡ ਦੀਆਂ ਗਲੀਆਂ ਦੇ ਵਿੱਚ ਲੋਕਾਂ ਦੇ ਨਾਲ ਮਿਲਦੇ ਹੋਏ ਨੇਤਾ ਜੀ ਅੱਗੇ ਵਧੇ ਤੇ ਫਿਰ ਗੱਡੀ ਦੇ ਵਿੱਚ ਸਵਾਰ ਹੋ ਕੇ ਨੇਤਾ ਜੀ ਦਾ ਕਾਫਲਾ ਅਗਲੇ ਪਿੰਡ ਦੇ ਵਿੱਚ ਪ੍ਰਚਾਰ ਦੇ ਲਈ ਇਮਾਮਗੜ੍ਹ ਪਹੁੰਚਿਆ, ਜਿੱਥੇ ਇੱਕ ਸਮਰਥਕ ਦੇ ਘਰ ਤੇ ਨੇਤਾ ਜੀ ਦੇ ਲਈ ਭਾਸ਼ਣ ਦੇਣ ਤੇ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਇੰਤਜ਼ਾਮ ਕੀਤਾ ਗਿਆ ਸੀ। ਭਾਸ਼ਣ ਦੇ ਬਾਅਦ ਪਿੰਡ ਵਾਸੀਆਂ ਨੇ ਨੇਤਾ ਜੀ ਦਾ ਸਿਰੋ ਪਾਉ ਪਾ ਕੇ ਸਨਮਾਨ ਕੀਤਾ ਤੇ ਉਹਨਾਂ ਦੇ ਨਾਲ ਫੋਟੋਆਂ ਵੀ ਖਿਚਵਾਈਆਂ। ਮੁਸਲਮਾਨਾਂ ਦਾ, ਹਿੰਦੂਆਂ ਦਾ ਬਹੁਤ ਵਧੀਆ ਮਿਲ ਰਿਹਾ, ਕਿਉਂ ਕਰਕੇ ਕੋਈ ਵੀ ਮੁਸਲਮਾਨ ਮਾਣ ਤੋਂ ਬਗੈਰ ਤਾਂ ਬਣ ਨਹੀਂ ਸਕਦਾ, ਕੋਈ ਹਿੰਦੂ ਹਨੂਮਾਨ ਤੋਂ ਬਗੈਰ ਨਹੀਂ ਬਣ ਸਕਦਾ, ਸੋ ਮਾਣ ਤਾਂ ਸਾਰੇ ਪਾਸੇ ਹੈਗਾ। ਸੋ ਤੁਹਾਡੀ ਗੱਲ ਤਾਂ ਜਵਾਬ ਦਿੱਤਾ ਕਿ ਕਿਵੇਂ ਮੇਰਾ ਪ੍ਰਚਾਰ ਹੋ ਰਿਹਾ, ਵਧੀਆ ਹੋ ਰਿਹਾ। ਤੁਸੀਂ ਮਾਨ ਦਾ ਜ਼ਿਕਰ ਕੀਤਾ, ਇੱਕ ਮਾਨ ਸੰਗਰੂਰ ਵਾਲੇ ਨੇ ਜਿਹੜੇ 10 ਸਾਲ ਇੱਥੇ, 8 ਸਾਲ ਜਿਹੜੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ, ਉਹ ਭਗਵੰਤ ਮਾਨ ਨੇ ਜਿਹੜੇ ਹੁਣ ਸੂਬੇ ਦੇ CM ਬਣ ਗਏ ਨੇ। ਦੂਜੇ ਪਾਸੇ ਮਾਨ ਤੁਸੀਂ ਹੋ, ਤੁਸੀਂ ਮੁਸਲਮਾਨ ਦਾ ਵੀ ਜ਼ਿਕਰ ਕਰਤਾ, ਤੁਸੀਂ ਸਾਨੂੰ ਮਾਨ ਦਾ ਵੀ ਜ਼ਿਕਰ ਕਰ ਦਿੱਤਾ, ਇਸ ਤਰੀਕੇ ਨਾਲ ਫਾਈਟ ਦੇਖਦੇ ਹੋ? ਜਦੋਂ ਮੀਤ ਹੇਅਰ ਮੁਕਾਬਲੇ ਦੇ ਵਿੱਚ ਨੇ, ਕੈਬਨਿਟ ਮੰਤਰੀ ਨੇ, ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਫਾਈਟ ਦੇ ਵਿੱਚ ਨੇ। ਕੋਈ ਨਹੀਂ, ਫਿਰ ਮੁਕਾਬਲਾ ਤਾਂ ਹੁੰਦਾ ਹੀ ਹੁੰਦਾ ਹੈ, ਤੇ ਉਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਕਿਹੜਾ ਜਿੱਤੂ ਹੋਊਗਾ। ਚੁਣੌਤੀ ਕਿਹਨੂੰ ਸਮਝਦੇ ਹੋ? ਚੁਣੌਤੀ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਸਮਝਦਾ, ਹਿੰਦੁੱਤਵਾ ਨੂੰ। ਸਿੱਖਾਂ ਦੇ ਉੱਤੇ ਨਵੀਂ ਪਾਲਿਸੀ ਮਰਵਾਈ ਹੈ ਕਿ ਇਹਨਾਂ ਨੂੰ ਬਾਹਰ ਦੇ ਮੁਲਕਾਂ 'ਚ ਵੀ ਮਰਵਾ ਦਿਓ ਅਤੇ ਅੰਦਰ ਇੰਡੀਆ ਦੇ ਵਿੱਚ ਹਰਿਆਣੇ 'ਚ ਦੀਪ ਸਿੰਘ ਸਿੱਧੂ ਨੂੰ ਮਰਵਾ ਦਿਓ, ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਰਵਾ ਦਿਓ, ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਰਵਾ ਦਿਓ, ਵਿਲੈਥ ਦੇ ਵਿੱਚ ਖੰਡੇ ਨੂੰ ਮਰਵਾ ਦਿਓ, ਪਾਕਿਸਤਾਨ 'ਚ ਪਰਮਜੀਤ ਸਿੰਘ ਪੰਜਵਾੜ ਸਾਰਿਆਂ ਨੂੰ ਮਰਵਾ ਦਿਓ। ਅਤੇ ਇਹ ਪੋਲਿਸੀ ਤਾਂ ਬਿਲਕੁਲ ਗਲਤ ਹੈ ਗਵਰਨਮੈਂਟ ਆਫ ਇੰਡੀਆ ਦੀ ਕਿ ਸਿੱਖਾਂ ਨੂੰ ਇੱਕ ਪੋਲਿਸੀ ਦੇ ਤਹਿਤ ਮਰਵਾਇਆ ਜਾ ਰਿਹਾ ਹੈ। ਠੀਕ ਹੈ, ਤਾਂ ਪ੍ਰਚਾਰ ਲਗਾਤਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਚੱਲਾਂਗੇ, ਕਿੱਥੇ ਕਿੱਥੇ ਕਿਵੇਂ ਕਿਵੇਂ ਪ੍ਰੋਗਰਾਮ ਰਹਿੰਦਾ? ਮਲੇਰਕੋਟਲਾ ਦੇ ਪਿੰਡਾਂ 'ਚ ਜਾ ਰਹੇ ਨੇ, ਲੋਕਾਂ ਨਾਲ ਵਿਚਰ ਰਹੇ ਨੇ, ਕਿਉਂਕਿ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਨੇ, ਦੂਜੇ ਪਾਸੇ ਮੀਤ ਹੇਅਰ ਨੇ, ਔਰ ਮੁਕਾਬਲਾ ਕਾਫੀ ਦਿਲਚਸਪ ਜਿਹੜਾ ਵਾ ਉਹ ਸੰਗਰੂਰ ਸੀਟ ਦਾ ਬਣਿਆ ਹੋਇਆ ਵਾ। ਲਗਾਤਾਰ ਪ੍ਰਚਾਰ ਦਾ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ, ਮਲੇਰਕੋਟਲਾ ਤੋਂ ਬਾਅਦ ਅੱਗੇ ਕਿਹੜੇ ਪਿੰਡਾਂ ਦੇ ਵਿੱਚ ਜਾਂਦੇ ਨੇ ਉਹ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ।
ਗਰਮੀ ਭਰੀ ਦੁਪਹਿਰ ਦੇ ਵਿੱਚ ਨੇਤਾ ਜੀ ਦੀ ਗੱਡੀ ਦੇ ਵਿੱਚ ਲੱਗਿਆ ਉਹਨਾਂ ਦਾ ਝੰਡਾ ਲਹਿਰਾਉਂਦਾ ਹੋਇਆ ਹਵਾ ਦਾ ਅਹਿਸਾਸ ਕਰਵਾ ਰਿਹਾ ਸੀ, ਪਰ ਮਾਹੌਲ ਦੇ ਵਿੱਚ ਗਰਮੀ ਭਰਪੂਰ ਸੀ। ਇਸ ਦੇ ਨਾਲ ਹੀ ਨੇਤਾ ਜੀ ਵੀ ਇਸ ਪਿੰਡ ਤੋਂ ਆਪਣੇ ਅਗਲੇ ਪੜਾਅ ਦੇ ਲਈ ਰਵਾਨਾ ਹੋ ਗਏ ਤੇ ਪਿੰਡ ਦੀਆਂ ਗਲੀਆਂ ਤੋਂ ਨਿਕਲਦਾ ਹੋਇਆ ਗੱਡੀਆਂ ਦਾ ਕਾਫਲਾ ਛੋਟੀਆਂ ਛੋਟੀਆਂ ਸੜਕਾਂ ਤੋਂ ਹੁੰਦਾ ਹੋਇਆ ਖੇਤਾਂ ਦੇ ਵਿਚਕਾਰ ਅਗਲੇ ਪਿੰਡ ਪਹੁੰਚਿਆ ਤੇ ਜਨ ਸਭਾ ਨੂੰ ਸੰਬੋਧਨ ਕੀਤਾ। ਅਸੀਂ ਬਿਲਕੁਲ ਖਿਲਾਫ ਹੈ, ਨਾ ਰੰਗਦੇਵ ਦੀ ਪਾਲਿਸੀ ਦੇ ਨਾ ਮੋਦੀ ਦੇ। ਜਦੋਂ ਮੇਰੇ ਕੋਲ ਕੋਈ ਵੀ ਆਉਂਦਾ ਕਿ ਸਾਡੀ ਮਸਜਿਦ ਨੂੰ, ਸਾਡੇ ਗੁਰਦੁਆਰੇ ਨੂੰ, ਸਾਡੇ ਮੰਦਰ ਨੂੰ, ਸਾਡੇ ਗਿਰਜੇਘਰ ਨੂੰ ਗ੍ਰਾਂਟ ਦਿਓ, ਇੱਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ ਦਾ ਕਾਫਲਾ ਚੋਣ ਪ੍ਰਚਾਰ ਦੇ ਲਈ ਇੱਥੋਂ ਅਗਲੇ ਪਿੰਡ ਵੱਲ ਰਵਾਨਾ ਹੋ ਗਿਆ। 92 ਸੀਟਾਂ ਜਿੱਤਣ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਸੰਗਰੂਰ ਦੀ ਹੁੰਦੀ ਹੈ ਤਾਂ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਜਿੱਤਦੇ ਨੇ, ਆਮ ਆਦਮੀ ਪਾਰਟੀ ਦੀ ਰਾਜਧਾਨੀ ਸੀ ਉੱਥੋਂ ਜਿੱਤਦੇ ਨੇ, ਔਰ ਉਸ ਦੌਰਾਨ ਇੱਕ ਵੱਡਾ ਫੈਕਟਰ ਜਿਹੜਾ ਵੈ ਉਹ ਦੀਪ ਸਿੱਧੂ ਦੀ ਮੌਤ ਤੇ ਦੂਜਾ ਸਿੱਧੂ ਮੂਸੇਵਾਲੇ ਦਾ ਕਤਲ, ਇਹ ਦੋ ਵੱਡੀ ਵਜ੍ਹਾ ਜਿਹੜੀਆਂ ਰਹੀਆਂ। ਔਰ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਮੇਰਾ ਪੰਥ ਹੀ ਮੈਨੂੰ ਹਰਾ ਦਿੰਦਾ ਵਾ, ਇੱਕ ਵੱਡਾ ਫੈਕਟਰ ਰਿਹਾ ਸੀ। ਅੱਜ ਕੱਲ੍ਹ ਨੌਜਵਾਨਾਂ 'ਚ ਅੱਜ ਵੀ ਕਰੇਜ਼ ਜਿਹੜਾ ਵੈ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਨਜ਼ਰ ਆਉਂਦਾ ਵੈ, ਤਾਂ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਜਿਹੜੇ ਬੋਡੀ ਬਿਲਡਰ ਨੇ ਉਹਨਾਂ ਦੇ ਡੋਲੇ ਜਿਹੜੇ ਨੇ ਉਹ ਚੈੱਕ ਕਰ ਰਹੇ ਨੇ, ਔਰ ਜਿਹੜੇ ਨੇ ਮਸਲਸ ਉਹ ਵੀ ਦਿਖਾ ਰਹੇ ਨੇ। ਮਾਨ ਸਾਹਿਬ ਪਿਛਲੀ ਵਾਰ ਤੁਸੀਂ ਆਪਣੇ ਵੀ ਡੋਲੇ ਦਿਖਾਏ ਸੀ, ਉਹ ਵੀ ਦਿਖਾ ਦਿਓ ਥੋੜ੍ਹੇ ਜਿਹੇ। ਪਿੰਡ ਮਾਨਾ ਮਾਨ ਮਾਜਰਾ ਦੇ ਵਿੱਚ ਸਿਮਰਜੀਤ ਸਿੰਘ ਮਾਨ ਆਪਣੇ ਅੰਦਾਜ਼ ਦੇ ਵਿੱਚ ਨੌਜਵਾਨਾਂ ਦੇ ਨਾਲ ਮੁੱਛਾਂ ਨੂੰ ਤਾ ਦਿੰਦੇ ਹੋਏ, ਨੌਜਵਾਨਾਂ ਦੇ ਨਾਲ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਮਸਤੀ ਕਰਦੇ ਹੋਏ ਨਜ਼ਰ ਆਏ ਤੇ ਨੌਜਵਾਨਾਂ ਨੂੰ ਆਪਣੀਆਂ ਪਰੰਪਰਾਵਾਂ ਨੂੰ ਸੰਭਾਲ ਕੇ ਅੱਗੇ ਲੈ ਕੇ ਜਾਣ ਦੀ ਗੱਲ ਕਹੀ। ਤੁਸੀਂ ਫੋਟੋ ਖਿੱਚੋ, ਮੈਂ ਇਹਦੇ ਵਿੱਚੋਂ ਛਾਤੀ ਮਾਰੂੰਗਾ। ਸਿਆਸਤ ਚ ਕਹਿੰਦੇ ਤੁਹਾਡਾ ਵੀ ਕੋਈ ਸਾਨੀ ਨਹੀਂ ਹੈ, ਇਸੇ ਤਰੀਕੇ ਦਾ ਤੁਹਾਡੇ ਵੀ ਸਿਆਸੀ ਜਿਹੜਾ ਡੋਲਾ ਪੂਰਾ। ਅੰਗਦ ਸਾਹਿਬ ਨੇ ਕਿਹਾ ਸੀਗਾ ਕਿ ਧਰਮ ਗੁਰੂ ਨਾਨਕ ਸਾਹਿਬ ਨੇ ਤੁਹਾਡਾ ਕਰਾ ਤਾ, ਜਨਮ ਦੇ ਤਾ, ਹੁਣ ਤੁਹਾਡਾ ਸਰੀਰ ਵੀ ਤਕੜਾ ਹੋਣਾ ਚਾਹੀਦਾ ਜੇ ਇਹਦੀ ਰੱਖਿਆ ਕਰਨੀ। ਨੌਜਵਾਨ ਮੁੰਡਿਆਂ ਦੇ ਡੋਲੇ ਦੇਖ ਕੇ ਤੁਹਾਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਰਹੇ, ਉਸ ਵੇਲੇ ਤੁਹਾਡੇ ਵੀ ਇਸੇ ਤਰੀਕੇ ਦੇ ਡੋਲੇ ਸੀ, ਤੁਸੀਂ ਤਾਂ ਉਸ ਵੇਲੇ ਪੁਲਿਸ ਦੇ ਇਹੋ ਜਿਹੇ ਸੀਗੀ, ਪਰ ਮੈਂ ਸਵਿਮਿੰਗ ਵੀ ਕਰਦਾ ਸੀਗਾ, ਬੋਕਸਿੰਗ ਵੀ ਕਰਦਾ ਸੀਗਾ, ਪਰ ਮੈਂ ਆਪਣੇ ਕੇਸ ਨਹੀਂ ਸੀ ਮਨਾਉਂਦਾ ਹੈਗਾ। ਜਦੋਂ ਬੋਕਸਿੰਗ ਕਰਦਾ ਸੀ ਸਾਡੇ ਕੇਸ ਪਿੱਛੇ ਵੱਜ ਜਾਂਦੇ ਹੁੰਦੇ ਸੀਗੇ, ਇਹ ਜੇ ਕਬੱਡੀ ਖੇਡਦੇ ਆ ਇਹਨਾਂ ਦੇ ਵੀ ਕੇਸ ਪਿੱਛੇ ਵੱਜ ਸਕਦੇ, ਕਬੱਡੀ ਦੇ ਪਲੇਅਰ ਨੇ ਪਰ ਕਬੱਡੀ ਦੇ ਹੈ ਨਾ। ਤੇ ਸਵਿਮਿੰਗ ਦੇ ਵਿੱਚ ਵੀ ਲੋਕੀ ਕਹਿੰਦੇ ਆ ਕਿ ਅਸੀਂ ਤਰਦੇ ਆ ਜੀ ਤਾਂ ਅਸੀਂ ਕੇਸ ਬਣਾ ਦਿੰਦੇ ਆ। ਮੁੰਡਿਆਂ ਨੂੰ ਕਹਿ ਰਹੇ ਹੋ ਕਿ ਕੇਸ ਰੱਖੋ, ਹੈ ਕੇਸ ਨਾ ਕਰੋ, ਮੇਰਾ ਮਤਲਬ ਹੈ ਜੇ ਤੁਸੀਂ ਰੱਖੋਗੇ ਗੱਲ ਮੰਨੋਗੇ ਇਹਨਾਂ ਦੀ, ਬੇਸ਼ੱਕ ਸਹੀ ਗੱਲ ਹੈ, ਕੇਸ ਰੱਖੋਗੇ? ਹਾਂਜੀ ਹਾਂ ਰੱਖਾਂਗੇ, ਅਸੀਂ ਰੱਖੇ ਰਹੀ। ਨੌਜਵਾਨਾਂ ਦੇ ਨਾਲ ਮਸਤੀ ਦੇ ਬਾਅਦ ਸਿਮਰਨਜੀਤ ਸਿੰਘ ਮਾਨ ਚੋਣ ਪ੍ਰਚਾਰ ਦੇ ਲਈ ਇੱਕ ਵਾਰ ਫਿਰ ਗੱਡੀ ਦੇ ਵਿੱਚ ਬੈਠ ਗਏ, ਜਿੱਥੋਂ ਅਗਲੇ ਪੜਾਅ ਦਾ ਸਫ਼ਰ ਸ਼ੁਰੂ ਹੋਇਆ ਜੋ ਪਿੰਡ ਧਨੋ ਦੇ ਵਿੱਚ ਆ ਕੇ ਰੁਕਿਆ, ਜਿੱਥੇ ਉਹਨਾਂ ਨੇ ਇੱਕ ਵਰਕਰ ਦੇ ਘਰ ਲੰਚ ਕੀਤਾ। ਸਵੇਰੇ ਮੈਂ ਦਲੀਆ ਛਕ ਲੈਂਦਾ ਜੀ, ਅਤੇ ਇਹ ਫਰੂਟ ਛਕ ਲੈਂਦਾ, ਕਦੇ ਕਦੇ ਆਂਡੇ ਛਕ ਲੈਂਦਾ, ਇਸ ਤਰ੍ਹਾਂ ਵੇਰੀਡ ਹੈ ਪਰ ਬੜਾ ਹਲਕਾ ਜਿਹਾ ਹੁੰਦਾ ਸਾਰਾ ਖਾਣਾ ਪੀਣਾ।
ਲੰਚ ਤੇ ਨਿਊਜ਼ 18 ਦੇ ਰਿਪੋਰਟਰ ਦੇ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਾਂਗਰਸ ਨੂੰ ਹਮਾਇਤ ਦੇਣ ਤੇ ਬਲਕੌਰ ਸਿੰਘ ਨੂੰ ਪਲਟੂ ਸਿੰਘ ਕਹਿ ਦਿੱਤਾ। ਤੁਸੀਂ ਇੱਕ ਜ਼ਿਕਰ ਕੀਤਾ ਪਲਟੀ ਮਾਰ, ਬਲਕੌਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਤੁਸੀਂ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਹਿ ਰਹੇ ਹੋ ਪਲਟੀ ਮਾਰ, ਹੋਰ ਕਿਉਂ ਕਹਿ ਰਹੇ ਹੋ? ਮੈਂ ਤਾਂ ਕਹਿ ਰਿਹਾ ਕਿਉਂ ਕਰਕੇ ਉਹਨਾਂ ਨੇ ਅੱਜ ਬਿਆਨ ਦੇ ਤਾ ਕਿ ਕਾਂਗਰਸ ਦੇ ਨਾਲ ਚੱਲੋ, ਅਤੇ ਮੇਰਾ ਮਤਲਬ ਹੈ ਕਿ ਕਾਂਗਰਸ ਨੇ ਤਾਂ ਕਦੇ ਵੀ ਇਹ ਮੂਸੇਵਾਲ ਸਾਹਿਬ ਦੀ ਗੱਲ ਨਹੀਂ ਫੜੀ ਹੈਗੀ, ਫੜੀ ਹੈ ਅਤੇ ਅਸੀਂ ਪਾਰਲੀਮੈਂਟ ਦੇ ਵਿੱਚ ਕੀਤੀ ਹੈਗੀ ਹੈ, ਅਤੇ ਹੁਣ ਕਾਂਗਰਸ ਨੂੰ ਸਿੱਖ ਕਿਵੇਂ ਵੋਟ ਪਾਊਗਾ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਸਾਡਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਉਹ ਫੌਜ ਲੁੱਟ ਕੇ ਲੈ ਗਈ ਹੈ, ਸਿੱਖਾਂ ਦਾ ਤੋਸ਼ਾਖਾਨਾ ਲੁੱਟ ਕੇ ਲੈ ਗਈ ਹੈ, ਉਦੋਂ ਬਾਅਦ ਰਾਜੀਵ ਗਾਂਧੀ ਨੇ ਸਾਰੇ ਮੁਲਕ ਦੇ ਵਿੱਚ ਸਿੱਖਾਂ ਦੀ ਨਸਲੇਕੁਸ਼ ਕੀਤੀ ਹੈ, ਮੈਮਰੋਸਾਈਡ ਕੀਤੀ ਹੈ, ਜੈਨੋਸਾਈਡ ਕੀਤੀ ਹੈ, ਅਤੇ ਕਾਂਗਰਸ ਦੇ ਨਾਲ ਕਹਿ ਦੇਣਾ ਸਰ ਬਲਕੌਰ ਸਿੰਘ ਦਾ ਕਿ ਉਸ ਨੂੰ ਅਪਣਾ ਲਈਏ, ਇਹ ਤਾਂ ਮੇਰਾ ਮਤਲਬ ਬੜੀ ਅਜੀਬ ਜਿਹਾ ਬਿਆਨ ਹੋਇਆ, ਦਰਦ ਹੋਇਆ, ਉਮੀਦ ਸੀਗੀ ਤੁਹਾਨੂੰ? ਨਹੀਂ, ਮੈਨੂੰ ਇਹੋ ਜਿਹੀ ਸ਼ਖਸੀਅਤ ਤੋਂ ਉਮੀਦ ਕਦੇ ਨਹੀਂ ਸੀ, ਕਿਉਂ ਕਰਕੇ ਇਹ ਸਰ ਬਲਕੌਰ ਸਿੰਘ ਇੱਕ ਇਹੋ ਜਿਹੇ ਇੰਡੀਅਨ ਆਰਮੀ ਦੇ ਤਕੜੇ ਸੋਲਜਰ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਹਵਾਈ ਜਹਾਜ਼ ਦੇ ਉੱਤੇ ਟੈਂਕ ਚੜਾਇਆ ਸੀਗਾ ਜਿਹੜਾ ਲਦਾਖ ਗਿਆ। ਲੰਚ ਬ੍ਰੇਕ ਤਾਂ ਹੋ ਗਿਆ ਪਰ ਚੋਣ ਪ੍ਰਚਾਰ ਅਜੇ ਵੀ ਜਾਰੀ ਹੈ, ਜਿਸ ਦੇ ਲਈ ਅੱਗੇ ਵਧਣਾ ਹੋਵੇਗਾ, ਤੇ ਵਰਕਰਾਂ ਦੇ ਪਰਿਵਾਰ ਤੋਂ ਇਜਾਜ਼ਤ ਲੈ ਕੇ ਸਿਮਰਜੀਤ ਸਿੰਘ ਮਾਨ ਦਾ ਕਾਫਲਾ ਅੱਗੇ ਵਧਿਆ। ਉੱਥੇ ਨਿਊਜ਼ 18 ਦੀ ਟੀਮ ਨੇ ਵੀ ਇਸ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੱਤਾ। ਆਖਿਰ ਅਗਲੇ ਉਮੀਦਵਾਰ ਦਾ ਪ੍ਰਚਾਰ ਵੀ ਵਿਖਾਉਣਾ ਹੈ, ਕਿਉਂਕਿ ਅਜੇ ਵੋਟਾਂ ਲੈਣ ਦੇ ਲਈ ਨੇਤਾਵਾਂ ਦੀ ਕੈਂਪੇਨ ਟ੍ਰੇਲ ਜਾਰੀ ਹੈ। ਹਾਈ ਕੋਰਟ ਪਹੁੰਚੇ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ, ਚੋਣ ਪ੍ਰਚਾਰ ਕਰ ਪਾਰਟੀ ਦੇ ਹੱਕ ਦੇ ਵਿੱਚ ਵੋਟ ਕਰਨ ਦੀ ਕੀਤੀ ਅਪੀਲ।